ਤਰਨਤਾਰਨ ਦੇ ਅੱਡਾ ਝਬਾਲ ਦੇ ਸਰਪੰਚ ਜਿਹੜੇ ਸੋਨੂੰ ਚੀਮਾ ਦਾ ਕਤਲ ਮਾਮਲਾ ਸੀ, ਜਿਸ ਦੇ ਵਿੱਚ ਦੋ ਸ਼ੂਟਰਾਂ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਸਲੂਨ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹੁਣ ਜਿਹੜਾ ਪੁਲਿਸ ਨੇ PC ਕੀਤੀ ਉਸ ਮਾਮਲੇ 'ਚ ਔਰ ਪੰਜ ਪਨਾਹਗੀਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਉਹਨਾਂ ਦੋਹਾਂ ਸ਼ੂਟਰਾਂ ਨੂੰ ਜਿਹੜੀ ਪਨਾਹ ਦਿੱਤੀ ਸੀ ਔਰ ਇਸ ਕਤਲ ਦੇ ਵਿੱਚ ਸ਼ਾਮਲ ਸੀ। ਸਾਡੇ ਨਾਲ ਤਰਨ ਤਾਰਨ ਦੇ SSP ਹਸਨੀ ਕਪੂਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਜਿਹੜਾ ਕਤਲ ਹੋਇਆ ਸੀ ਔਰ ਇਸ ਦੇ ਵਿੱਚ ਅੰਮ੍ਰਿਤਪਾਲ ਬਾਟ ਦਾ ਇੱਕ ਨਾਮਜ਼ਦ ਕੀਤਾ ਗਿਆ ਸੀ, ਉਸਦੇ ਦੋ ਅਣਪਛਾਤੇ ਸਾਥੀ ਕੀਤੇ ਗਏ ਸੀ, ਸਰ ਕਿੱਥੋਂ ਤੱਕ ਜਿਹੜੀ ਹੈ ਪੁਲਿਸ ਪਹੁੰਚੀ ਔਰ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ? ਦੇਖੋ, ਉਸ ਵਕਤ ਜਦੋਂ ਕਲੀਅਰ ਹੋ ਗਿਆ ਸੀਗਾ ਤਾਂ ਦੋ ਸ਼ੂਟਰ ਜਿਹੜੇ ਉੱਥੇ ਕੈਮਰਿਆਂ 'ਚ ਜਾਂ ਲੋਕਾਂ ਤੋਂ ਪਤਾ ਲੱਗਿਆ ਸੀ, ਦੋ ਸ਼ੂਟਰ ਮੋਟਰਸਾਈਕਲ 'ਤੇ ਸੀ, ਉਹ ਅਣਪਛਾਤੇ ਆਈਡੈਂਟੀਫਾਈ ਸੀ ਔਰ ਸਟਿਲ ਅਨਆਈਡੈਂਟੀਫਾਈਡ ਹੈ ਅਜੇ। ਲੇਕਿਨ ਉਸ ਤੋਂ ਇਲਾਵਾ ਜਿਹੜੇ ਪੰਜ ਫੈਸਿਲੀਟੇਟਰ ਜਿਹੜੇ ਅੰਮ੍ਰਿਤਪਾਲ ਬਾਠ ਨੇ ਜਿਨ੍ਹਾਂ ਕੋਲ ਰਖਵਾਏ ਪਨਾਹ ਦਿੱਤੀ ਜਾਂ ਜਿਨ੍ਹਾਂ ਨੇ ਅੱਗੇ ਕੁਛ ਪੈਸੇ ਵਗੈਰਾ ਦਿੱਤੇ ਔਰ ਕੋਈ ਹੋਰ ਲੋਜਿਸਟਿਕ ਸਪੋਰਟ ਦਿੱਤੀ, ਉਹ ਪੰਜ ਜਿਹੜੇ ਹੈ, ਦੋ ਇਹਦੇ ਪਿੰਡ ਦੇ ਮੀਆਂਪੁਰ ਦੇ ਔਰ ਦੋ ਗੰਡੀ ਪਿੰਡ ਦੇ, ਇੱਕ ਇਹਦਾ ਮਨੂ ਹੈਗਾ ਹੋਰ ਮੀਆਂਪੁਰ ਦਾ, ਉਹ ਪੰਜ ਬੰਦਿਆਂ ਨੂੰ ਅਸੀਂ ਹੁਣ ਤੱਕ ਅਰੈਸਟ ਕਰ ਲਿਆ। ਅਤੇ ਉਹਦੇ 'ਚ ਇੱਕ ਹੋਰ ਫਿਗਰ ਹੋਇਆ ਜਗਦੀਪ ਏਲੀਅਸ ਠੋਲੂ ਜੀ, ਉਹਦੇ 'ਤੇ ਵੀ ਕਾਫੀ ਮੁਕੱਦਮੇ ਦਰਜ ਹੈਗੇ ਹੈ। ਅਤੇ ਉਹ ਹਾਲ ਦੀ ਘੜੀ ਜਿਹੜਾ ਬਾਹਰ ਭੱਜ ਗਿਆ ਔਰ ਉਹ ਅਸੀਂ ਛੇਤੀ ਉਹ ਵੀ ਸਾਡੀ ਗ੍ਰਿਫਤਾਰ 'ਚ ਆ ਜਾਏਗਾ। ਐਂਡ ਦੋ ਜਿਹੜੇ ਸ਼ੂਟਰਸ ਹੈਗੇ ਆ ਉਹ ਹਜੇ ਤੱਕ ਅਨਆਈਡੈਂਟੀਫਾਈਡ ਹੈ, ਅਸੀਂ ਉਹ ਇਹਨਾਂ ਦਾ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚੱਲ ਰਹੀ ਹੈ, ਉਸ 'ਚ ਪਤਾ ਲੱਗ ਜਾਏਗਾ, ਅਸੀਂ ਆਈਡੈਂਟੀਫਾਈ ਕਰ ਲਾਂਗੇ ਉਹਨਾਂ ਨੂੰ। ਸਰ, ਇੱਕ ਜਿਹੜਾ ਨਾਮ ਆਉਂਦਾ ਹੈ ਅੰਮ੍ਰਿਤਪਾਲ ਬਾਟ ਦਾ ਜਾਂ ਪਨਾਹ ਦੇਣ ਵਾਲੇ, ਇਹਨਾਂ ਨੂੰ ਕੋਈ ਪੈਸੇ ਵੀ ਪੇ ਕੀਤੇ ਗਏ ਸੀ ਇਹਨਾਂ ਵੱਲੋਂ? ਇਹਦੇ 'ਚ ਹਜੇ ਤੱਕ ਤਾਂ ਸਾਡੇ ਕੋਲ ਇਹੀ ਆਇਆ ਜੀ ਕਿ ਜਿਹੜਾ DC ਹੈ, ਇਹਦਾ PA ਦਾ ਕੰਮ ਕਰਦਾ ਇਹਦੇ ਪਿੰਡ ਤੋਂ ਮੀਆਂਪੁਰ ਤੋਂ, ਉਹਨੇ ਦੋ ਵਾਰ ਜਿਹੜਾ ਇਹਨੂੰ ਯੁਗਰਾਜ ਏਲੀਅਸ UV ਨੂੰ ਪੈਸੇ ਦਿੱਤੇ ਸੀਗੇ ਤਾਂ ਕੁਛ ਉਹਨਾਂ ਨੂੰ ਪਾਸ ਔਨ ਕਰਨ ਵਾਸਤੇ ਸ਼ੂਟਰਸ ਨੂੰ 10-10 ਹਜ਼ਾਰ ਰੁਪਇਆ ਦੋ ਵਾਰ ਹਜੇ ਤੱਕ ਦਿੱਤਾ ਸੀਗਾ। ਸਰ, ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਅੰਮ੍ਰਿਤਪਾਲ ਬਾਠ ਹੈ ਉਸਦੀ ਫੈਮਿਲੀ 'ਤੇ ਵੀ ਕੋਈ ਨਾਮਜ਼ਦ ਕੀਤਾ ਗਿਆ ਸੀ ਔਰ ਕੋਈ ਘਰ 'ਚ ਜਾਂ ਰੇਡ ਕੀਤੀ ਹੋਵੇ ਉਹਨਾਂ ਵੱਲੋਂ? ਦੇਖੋ, ਉਹਦੇ 'ਚ ਉਹਦੀ ਮਦਰ ਨੂੰ ਨੋਮੀਨੇਟ ਕੀਤਾ ਜੋ ਸਾਹਮਣੇ ਹਜੇ ਤੱਕ ਆਇਆ, ਕਿਉਂਕਿ ਮੌਜੂਦਾ ਉਹ ਸਰਪੰਚ ਹੈਗੇ ਆ ਔਰ ਉਹ 20-25 ਦਿਨ ਪਹਿਲੇ ਉਹਨਾਂ ਦਾ ਬਾਹਰ ਚਲੇ ਜਾਣਾ ਔਰ ਬਾਕੀ ਰਿਸ਼ਤੇਦਾਰ ਵੀ ਜਿਹੜੇ ਆ 2 ਦਿਨ ਪਹਿਲੇ ਇਹਦੇ ਸਾਰੇ ਮੂਵ ਆਊਟ ਹੋ ਗਏ ਸੀ, ਇਹਦਾ ਮਤਲਬ ਉਹ ਸਾਰਿਆਂ ਦੀ ਤਕਰੀਬਨ ਇਹਨਾਂ ਦੀ ਨੌਲੇਜ 'ਚ ਸੀਗਾ ਵੀ ਇਹ ਕੋਈ ਕੰਮ ਕਰਨ ਵਾਲਾ ਹੈ ਔਰ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਨੌਲੇਜ 'ਚ ਹੋਵੇ, ਜਦੋਂ ਆਉਣਗੇ ਇੰਟਰੋਗੇਸ਼ਨ 'ਚ ਪਤਾ ਲੱਗ ਜਾਏਗਾ ਜਾਂ ਵੀ ਇਹ ਜਿਹੜਾ ਅੰਮ੍ਰਿਤਪਾਲ ਬਾਠ ਨੇ ਇਹ ਸੋਨੂੰ ਚੀਮੇ ਦਾ ਕਤਲ ਕਰਾਉਣਾ। ਬਿਲਕੁਲ, ਇਹ ਤਰਦਾ ਦੇ SSP ਨੇ ਔਰ ਇਹਨਾਂ ਨੂੰ ਕਿਹਾ ਕਿ ਪਨਾਹ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਹਾਲਾਂਕਿ ਪੁਲਿਸ ਜਿਹੜੀ ਆ ਦੋ ਸ਼ੂਟਰ ਨੇ ਉਹਨਾਂ ਦੇ ਵੀ ਕਾਫੀ ਨੇੜੇ ਔਰ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਮ੍ਰਿਤਪਾਲ ਬਾਠ ਦੀ ਗੱਲ ਕਰੀਏ ਤਾਂ ਇਸ ਵਕਤ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਹੋਇਆ ਹੈ ਉਸਦੇ ਲਈ ਵੀ ਜਿਹੜੀ ਆ ਜਾਂਚ ਜਿਹੜੀ ਆ ਉਸਦੀ ਚੱਲ ਰਹੀ ਆ ਔਰ ਪਹਿਲਾਂ ਵੀ ਕਈ ਮੁਕੱਦਮੇ ਉਸਦੇ ਉੱਪਰ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, News 18। ਤਰਨ ਤਾਰਨ ਦੇ ਅੱਡਾ ਝਬਾਲ ਦੇ ਸਰਪੰਚ ਜਿਹੜੇ ਸੋਨੂੰ ਚੀਮਾ ਦਾ ਕਤਲ ਮਾਮਲਾ ਸੀ, ਜਿਸ ਦੇ ਵਿੱਚ ਦੋ ਸ਼ੂਟਰਾਂ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਸਲੂਨ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹੁਣ ਜਿਹੜਾ ਪੁਲਿਸ ਨੇ PC ਕੀਤੀ ਉਸ ਮਾਮਲੇ 'ਚ ਔਰ ਪੰਜ ਪਨਾਹਗੀਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਉਹਨਾਂ ਦੋਹਾਂ ਸ਼ੂਟਰਾਂ ਨੂੰ ਜਿਹੜੀ ਪਨਾਹ ਦਿੱਤੀ ਸੀ ਔਰ ਇਸ ਕਤਲ ਦੇ ਵਿੱਚ ਸ਼ਾਮਲ ਸੀ। ਸਾਡੇ ਨਾਲ ਤਰਨ ਤਾਰਨ ਦੇ SSP ਹਸਨੀ ਕਪੂਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਜਿਹੜਾ ਕਤਲ ਹੋਇਆ ਸੀ ਔਰ ਇਸ ਦੇ ਵਿੱਚ ਅੰਮ੍ਰਿਤਪਾਲ ਬਾਠ ਦਾ ਇੱਕ ਨਾਮਜ਼ਦ ਕੀਤਾ ਗਿਆ ਸੀ, ਉਸਦੇ ਦੋ ਅਣਪਛਾਤੇ ਸਾਥੀ ਕੀਤੇ ਗਏ ਸੀ, ਸਰ ਕਿੱਥੋਂ ਤੱਕ ਜਿਹੜੀ ਹੈ ਪੁਲਿਸ ਪਹੁੰਚੀ ਔਰ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ? ਦੇਖੋ, ਉਸ ਵਕਤ ਜਦੋਂ ਕਲੀਅਰ ਹੋ ਗਿਆ ਸੀਗਾ ਤਾਂ ਦੋ ਸ਼ੂਟਰ ਜਿਹੜੇ ਉੱਥੇ ਕੈਮਰਿਆਂ 'ਚ ਜਾਂ ਲੋਕਾਂ ਤੋਂ ਪਤਾ ਲੱਗਿਆ ਸੀ, ਦੋ ਸ਼ੂਟਰ ਮੋਟਰਸਾਈਕਲ 'ਤੇ ਸੀ, ਉਹ ਅਣਪਛਾਤੇ ਆਈਡੈਂਟੀਫਾਈ ਸੀ ਔਰ ਸਟਿਲ ਅਨਆਈਡੈਂਟੀਫਾਈਡ ਹੈ ਅਜੇ। ਲੇਕਿਨ ਉਸ ਤੋਂ ਇਲਾਵਾ ਜਿਹੜੇ ਪੰਜ ਫੈਸਿਲੀਟੇਟਰ ਜਿਹੜੇ ਅੰਮ੍ਰਿਤਪਾਲ ਬਾਠ ਨੇ ਜਿਨ੍ਹਾਂ ਕੋਲ ਰਖਵਾਏ ਪਨਾਹ ਦਿੱਤੀ ਜਾਂ ਜਿਨ੍ਹਾਂ ਨੇ ਅੱਗੇ ਕੁਛ ਪੈਸੇ ਵਗੈਰਾ ਦਿੱਤੇ ਔਰ ਕੋਈ ਹੋਰ ਲੋਜਿਸਟਿਕ ਸਪੋਰਟ ਦਿੱਤੀ, ਉਹ ਪੰਜ ਜਿਹੜੇ ਹੈ, ਦੋ ਇਹਦੇ ਪਿੰਡ ਦੇ ਮੀਆਂਪੁਰ ਦੇ ਔਰ ਦੋ ਗੰਡੀ ਪਿੰਡ ਦੇ,
ਇੱਕ ਇਹਦਾ ਮਨੂੰ ਹੈਗਾ ਹੋਰ ਮੀਆਂਪੁਰ ਦਾ, ਉਹ ਪੰਜ ਬੰਦਿਆਂ ਨੂੰ ਅਸੀਂ ਹੁਣ ਤੱਕ ਅਰੈਸਟ ਕਰ ਲਿਆ, ਅਤੇ ਉਹਦੇ 'ਚ ਇੱਕ ਹੋਰ ਫਿਗਰ ਹੋਇਆ ਜਗਦੀਪ ਏਲੀਅਸ ਠੋਲੂ ਜੀ, ਉਹਦੇ 'ਤੇ ਵੀ ਕਾਫੀ ਮੁਕੱਦਮੇ ਦਰਜ ਹੈਗੇ ਆ, ਅਤੇ ਉਹ ਹਾਲ ਦੀ ਘੜੀ ਜਿਹੜਾ ਬਾਹਰ ਭੱਜ ਗਿਆ, ਔਰ ਉਹ ਅਸੀਂ ਛੇਤੀ ਉਹ ਵੀ ਸਾਡੀ ਗ੍ਰਿਫਤਾਰ ਚ ਆ ਜਾਏਗਾ। ਐਂਡ ਦੋ ਜਿਹੜੇ ਸ਼ੂਟਰਸ ਹੈਗੇ ਆ ਉਹ ਹਜੇ ਤੱਕ ਅਨਆਇਡੈਂਟੀਫਾਈਡ ਹੈ, ਅਸੀਂ ਉਹ ਇਹਨਾਂ ਦਾ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚੱਲ ਰਹੀ ਹੈ, ਉਸ 'ਚ ਪਤਾ ਲੱਗ ਜਾਏਗਾ, ਅਸੀਂ ਆਇਡੈਂਟੀਫਾਈ ਕਰ ਲਾਂਗੇ ਉਹਨਾਂ ਨੂੰ। ਸਰ ਇੱਕ ਜਿਹੜਾ ਨਾਮ ਆਉਂਦਾ ਹੈ ਅੰਮ੍ਰਿਤਪਾਲ ਬਾਟ ਦਾ ਜਾਂ ਪਨਾਹ ਦੇਣ ਵਾਲੇ, ਇਹਨਾਂ ਨੂੰ ਕੋਈ ਪੈਸੇ ਵੀ ਪੇ ਕੀਤੇ ਗਏ ਸੀ ਇਹਨਾਂ ਵੱਲੋਂ? ਇਹਦੇ 'ਚ ਹਜੇ ਤੱਕ ਤਾਂ ਸਾਡੇ ਕੋਲ ਇਹੀ ਆਇਆ ਜੀ ਕਿ ਜਿਹੜਾ ਡੀਸੀ ਹੈ ਇਹਦਾ ਪੀਏ ਦਾ ਕੰਮ ਕਰਦਾ ਇਹਦੇ ਪਿੰਡ ਤੋਂ ਮੀਆਂਪੁਰ ਤੋਂ, ਉਹਨੇ ਦੋ ਵਾਰ ਜਿਹੜਾ ਇਹਨੂੰ ਯੁਗਰਾਜ ਏਲੀਅਸ ਯੂਵੀ ਨੂੰ ਪੈਸੇ ਦਿੱਤੇ ਸੀਗੇ, ਤਾਂ ਕੁਛ ਉਹਨਾਂ ਨੂੰ ਪਾਸ ਔਨ ਕਰਨ ਵਾਸਤੇ ਸ਼ੂਟਰਸ ਨੂੰ 10-10 ਹਜ਼ਾਰ ਰੁਪਇਆ ਦੋ ਵਾਰ ਹਜੇ ਤੱਕ ਦਿੱਤਾ ਸੀਗਾ। ਸਰ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਅੰਮ੍ਰਿਤਪਾਲ ਬਾਠ ਹੈ ਉਸਦੀ ਫੈਮਿਲੀ 'ਤੇ ਵੀ ਕੋਈ ਨਾਮਜ਼ਦ ਕੀਤਾ ਗਿਆ ਸੀ, ਔਰ ਕੋਈ ਘਰ 'ਚ ਜਾਂ ਰੇਡ ਕੀਤੀ ਹੋਵੇ ਉਹਨਾਂ ਵੱਲੋਂ? ਦੇਖੋ ਉਹਦੇ 'ਚ ਉਹਦੀ ਮਦਰ ਨੂੰ ਨੋਮੀਨੇਟ ਕੀਤਾ ਜੋ ਸਾਹਮਣੇ ਹਜੇ ਤੱਕ ਆਇਆ, ਕਿਉਂਕਿ ਮੌਜੂਦਾ ਉਹ ਸਰਪੰਚ ਹੈਗੇ ਆ, ਔਰ ਉਹ 20-25 ਦਿਨ ਪਹਿਲੇ ਉਹਨਾਂ ਦਾ ਬਾਹਰ ਚਲੇ ਜਾਣਾ, ਔਰ ਬਾਕੀ ਰਿਸ਼ਤੇਦਾਰ ਵੀ ਜਿਹੜੇ ਆ 2 ਦਿਨ ਪਹਿਲੇ ਇਹਦੇ ਸਾਰੇ ਮੂਵ ਆਊਟ ਹੋ ਗਏ ਸੀ, ਇਹਦਾ ਮਤਲਬ ਉਹ ਸਾਰਿਆਂ ਦੀ ਤਕਰੀਬਨ ਇਹਨਾਂ ਦੀ ਨੌਲੇਜ 'ਚ ਸੀਗਾ ਵੀ ਇਹ ਕੋਈ ਕੰਮ ਕਰਨ ਵਾਲਾ ਹੈ, ਔਰ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਨੌਲੇਜ 'ਚ ਹੋਵੇ, ਜਦੋਂ ਆਉਣਗੇ ਇੰਟਰੋਗੇਸ਼ਨ 'ਚ ਪਤਾ ਲੱਗ ਜਾਏਗਾ ਜਾਂ ਵੀ ਇਹ ਜਿਹੜਾ ਅੰਮ੍ਰਿਤਪਾਲ ਬਾਠ ਨੇ ਇਹ ਸੋਨੂੰ ਚੀਮੇ ਦਾ ਕਤਲ ਕਰਾਉਣਾ। ਬਿਲਕੁਲ, ਇਹ ਤਰਦਾ SSP ਨੇ ਔਰ ਇਹਨਾਂ ਨੂੰ ਕਿਹਾ ਕਿ ਪਨਾਹ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਹਾਲਾਂਕਿ ਪੁਲਿਸ ਜਿਹੜੀ ਆ 2 ਸ਼ੂਟਰ ਨੇ ਉਹਨਾਂ ਦੇ ਵੀ ਕਾਫੀ ਨੇੜੇ, ਔਰ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਮ੍ਰਿਤਪਾਲ ਬਾਠ ਦੀ ਗੱਲ ਕਰੀਏ ਤਾਂ ਇਸ ਵਕਤ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਹੋਇਆ ਹੈ ਉਸਦੇ ਲਈ ਵੀ ਜਿਹੜੀ ਆ ਜਾਂਚ ਜਿਹੜੀ ਆ ਉਸਦੀ ਚੱਲ ਰਹੀ ਆ, ਔਰ ਪਹਿਲਾਂ ਵੀ ਕਈ ਮੁਕੱਦਮੇ ਉਸਦੇ ਉੱਪਰ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।